ਜਦੋਂ ਮੇਰੀ ਭੈਣ ਮਰੀ ਉਹਦੀਆਂ ਅੱਖਾਂ ਪੂਰੀਆਂ ਕੰਮ ਨਹੀਂ ਸੀ ਕਰਦੀਆਂ, ਬਿਮਾਰ ਸੀ। ਉਹ ਆਪਣੀ ਕੁੜੀ ਕੋਲ ਹੁਸ਼ਿਆਰਪੁਰ ਰਹਿੰਦੀ ਸੀ, ਉਹ ਵਿਡੋ ਸੀ, ਉਹ ਮੀਡੀਓਕਰ ਸੀਗੀ। ਉਹ ਚੰਡੀਗੜ੍ਹੋਂ ਗੱਡੀ ਵਿੱਚ ਆ ਰਹੀ ਸੀ ਆਪਣੇ ਜਵਾਨ ਪੁੱਤਰ ਨਾਲ ਅਤੇ ਆਪਣੇ ਕੁੜੀ ਦੇ ਘਰ ਵਾਲੇ ਨਾਲ, ਅਤੇ ਨਾਲ ਉਹਦੀ ਕੁੜੀ ਦਾ ਮੁੰਡਾ ਜਿਹੜਾ ਸਪੈਸ਼ਲ ਨੀਡ ਬੱਚਾ, ਉਹ ਆਰਟਿਸਟਿਕ ਹੈ, ਉਹਦੇ ਨਾਲ ਉਹ ਆ ਰਹੀ ਸੀ ਅਤੇ ਉਹਨਾਂ ਦੀ ਗੱਡੀ ਹੁਸ਼ਿਆਰਪੁਰ ਦੇ ਕੋਲ ਆ ਕੇ ਟਰੱਕ ਦੇ ਥੱਲੇ ਚਲੀ ਗਈ ਅਤੇ ਤਿੰਨੋਂ ਜਾਣਿਆਂ ਦੀ ਉੱਥੇ ਹੀ ਸੜਕ 'ਤੇ ਡੈਥ ਹੋ ਗਈ। ਇਹਨੂੰ ਖਬਰ ਮਿਲੀ ਮੇਰੇ ਭਰਾ ਨੂੰ ਜੀਨ ਜੋਗੇ ਨੂੰ, ਇਹਦੇ ਕੋਲ ਟਾਈਮ ਨਹੀਂ ਸੀ 2 ਮਿੰਟ ਵੀ ਆਪਣੀ ਭੈਣ ਦੀ ਲਾਸ਼ ਦੇਖ ਲੈਣ ਦਾ। ਉਹ ਤਿੰਨ ਬੰਦੇ ਜਿਹੜੇ ਸੜਕ 'ਤੇ ਪਏ ਸੀ, ਇਹ ਨਹੀਂ ਗਿਆ, ਕੋਈ ਨਹੀਂ ਗਿਆ ਉੱਥੇ। ਮੇਰਾ ਭਾਂਜਾ ਅਤੇ ਮੇਰੀ ਭਾਂਜੀ ਦਾ ਘਰ ਵਾਲਾ ਅਤੇ ਉਹਦਾ ਬੱਚਾ ਜਿਹੜਾ ਆਰਟਿਸਟਿਕ ਹੈ, ਸਪੈਸ਼ਲ ਨੀਡ ਬੱਚਾ ਹੈ, ਉਹਨੂੰ ਪਤਾ ਨਹੀਂ ਕਿਵੇਂ ਗੱਡੀ 'ਚੋਂ ਕੱਢਿਆ। ਮੈਂ ਦੂਜੇ ਦਿਨ ਇੱਥੇ ਆਈ ਅਮਰੀਕਾ ਤੋਂ ਉਸੇ ਟਾਈਮ ਚੜ੍ਹ ਕੇ, ਅਤੇ ਮੇਰੀ ਭਾਂਜੀ ਨੇ ਮੈਨੂੰ ਦੱਸਿਆ ਵੀ ਉਹਨੇ ਤਿੰਨ ਬੰਦਿਆਂ ਨੂੰ ਦਾਗ ਉਹਨੇ ਲਾਇਆ ਕੁੜੀ ਹੋ ਕੇ, ਉਹਦੇ ਕੋਲ ਕੋਈ ਨਹੀਂ ਪਹੁੰਚਿਆ। ਉਹ ਮੈਨੂੰ ਕਹਿੰਦੀ ਮਾਸੀ ਮੈਂ ਤੇਰੀ ਵੇਟ ਨਹੀਂ ਸੀ ਕਰ ਸਕਦੀ, ਕਿਉਂਕਿ ਉਹਨਾਂ ਦਾ ਬੱਚਿਆ ਹੀ ਕੱਖ ਨਹੀਂ ਸੀ, ਉਸ ਟਰੱਕ ਦੇ ਥੱਲੇ ਚਲੇ ਗਏ ਸੀ ਸਾਰੇ। ਇਹ ਨਹੀਂ ਆਇਆ, ਕੋਈ ਨਹੀਂ ਆਇਆ। ਮੈਂ ਅੱਜ ਇੱਥੇ ਤੁਹਾਡੇ ਕੋਲ ਇਸ ਲਈ ਆਈ ਹਾਂ, ਆਪਣੀ ਮਾਂ ਦੇ ਲਈ ਨਿਆਂ ਮੰਗਣ, ਜਸਟਿਸ ਮੰਗਣ। ਤੁਸੀਂ ਪ੍ਰੈਸ ਵਾਲੇ ਹੋ, ਮੈਂ ਪ੍ਰੈਸ ਦੇ ਵਿੱਚ ਬਹੁਤ ਬਿਲੀਵ ਕਰਦੀ ਹਾਂ ਕਿਉਂਕਿ ਮੈਂ ਉਸ ਕੰਟਰੀ 'ਚ ਰਹਿੰਦੀ ਹਾਂ ਜਿੱਥੇ ਪ੍ਰੈਸ ਦੀ ਬਹੁਤ ਪਾਵਰ ਹੈ, ਔਰ ਪ੍ਰੈਸ ਦੁਨੀਆ ਦੇ ਅੱਗੇ ਜਨਤਾ ਦੇ ਸਾਹਮਣੇ ਸੱਚਾਈ ਲਿਆਉਂਦਾ ਹਮੇਸ਼ਾ। ਮੈਂ ਇਹਨੂੰ ਬਿਲੀਵ ਕਰਦੀ ਹਾਂ, ਇਸ ਲਈ ਮੈਂ ਤੁਹਾਡੇ ਲੋਕਾਂ ਕੋਲ ਆਈ ਹਾਂ। ਮੈਂ ਬੜੀ ਕੋਸ਼ਿਸ਼ ਕੀਤੀ, ਮੈਂ 20 ਜਨਮੇ ਇੱਥੇ 13 ਜਨਵਰੀ ਨੂੰ ਆਈ ਸੀ, ਮੈਂ 20 ਜਨਵਰੀ ਇਹਦੇ ਕੋਲ ਅੰਮ੍ਰਿਤਸਰ ਗਈ। ਮੈਨੂੰ ਪਤਾ ਲੱਗਾ ਕਿਸੇ ਤੋਂ ਵੀ ਉੱਥੇ ਹੈ, ਕਿਉਂਕਿ ਮੈਨੂੰ ਇਹਨੇ ਬਲੌਕ ਕੀਤਾ ਹੋਇਆ, ਮੈਨੂੰ ਮੇਰੇ ਕੋਈ ਟੈਲੀਫੋਨ ਦਾ ਜਵਾਬ ਨਹੀਂ, ਕੁਛ ਨਹੀਂ, ਵਟਸਐਪ ਕੁਛ ਨਹੀਂ। ਮੈਨੂੰ ਪਤਾ ਲੱਗਾ, ਮੈਂ ਉੱਥੇ ਗਈ ਵੀ ਮੈਂ ਇਹਦੇ ਨਾਲ ਗੱਲ ਕਰਕੇ, ਮੈਂ ਇਹਦੇ ਨਾਲ ਗੱਲ ਕਰਾਂ, ਸ਼ਹਿਰੀ ਕੀ ਕਰ ਰਿਹਾ ਬੇਟਾ, ਥੋੜ੍ਹੀ ਅਕਲਮੰਦੀ ਕਰੀਏ ਆਪਾਂ ਆਪਣਾ। ਮੈਂ ਆਪਣਾ ਚੱਕਾ ਨਾ ਚੱਕਾ, ਮੈਂ ਆਪਣਾ ਢਿੱਡ ਨਾ ਨੰਗਾ ਕਰਾਂ, ਪਰ ਇਹਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਮੈਨੂੰ ਘਰ ਦੇ ਗੇਟ ਤੋਂ ਅੰਦਰ ਨਹੀਂ ਮੈਂ ਜਾ ਸਕੀ, ਮੈਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਮੈਂ ਉੱਥੋਂ ਵਾਪਸ ਆ ਗਈ ਤੇ ਹੁਣ ਮੇਰੇ ਕੋਲ ਕੋਈ ਚੋਇਸ ਨਹੀਂ, ਤਾਂ ਮੈਂ ਤੁਹਾਡੇ ਲੋਕਾਂ ਕੋਲ ਆਈ ਹਾਂ। ਤੁਹਾਨੂੰ ਮੈਟੀਰੀਅਲ ਇੱਥੇ ਪਿਆ ਮੇਰੇ ਕੋਲ ਜਿਹਦੇ ਕਰਕੇ ਮੈਂ ਆਈ ਹਾਂ।
ਤੁਸੀਂ ਸਾਰੇ ਲੈ ਸਕਦੇ ਹੋ, ਮੈਂ ਦਿੱਤਾ ਹੋਇਆ ਉਹਨਾਂ ਨੂੰ, ਬਾਅਦ 'ਚ ਤੁਸੀਂ ਸਾਰੇ ਲੈ ਸਕਦੇ ਹੋ। 1980 ਮੇਰੇ ਫਾਦਰ ਦੀ ਡੈਥ ਹੋਈ 1986 ਵਿੱਚ, ਤੇ ਇਹਨੇ ਮੇਰੀ ਮਦਰ ਨੂੰ ਉਸ ਤੋਂ ਬਾਅਦ ਭੋਗ ਤੋਂ ਬਾਅਦ ਇਹਨੇ ਕਲੀਅਰ ਕਰਤਾ ਵੀ ਤੇਰਾ ਇੱਥੇ ਕੱਖ ਨਹੀਂ ਹੈ, ਤੇਰਾ ਇੱਥੇ ਕੱਖ ਨਹੀਂ ਹੈ। ਜਿਹੜਾ ਘਰ ਉਹਨੇ ਆਪਣੇ ਅਤੇ ਉਹਦੇ ਘਰ ਵਾਲੇ ਨੇ ਆਪਣੇ ਖੂਨ ਪਸੀਨੇ ਨਾਲ ਕਮਾਇਆ ਸੀ। ਮੇਰੇ ਮਾਂ ਪਿਓ ਅਮੀਰ ਨਹੀਂ ਸੀ ਸ਼ੁਰੂ ਤੋਂ, ਬੜੀ ਜਦੋ ਜਹਾਦ ਦੇਖੀ ਆ, ਅਸੀਂ ਦੇਖੀ ਆਪਣੀ ਮਾਂ ਨੂੰ ਨੌਕਰੀ ਕਰਦੇ ਤੇ ਉਹਦੇ ਸਾਈਕਲ ਪਿੱਛੇ ਮੈਂ ਤੇ ਮੇਰੀ ਭੈਣ ਇੱਕ ਲੱਤ ਇੱਧਰ ਇੱਕ ਲੱਤ ਇੱਧਰ ਕਰਕੇ ਬਹਿੰਦੀਆਂ ਹੁੰਦੀਆਂ ਸੀ। ਅੱਗੇ ਉਹਦੇ ਟੋਕਰੀ ਹੁੰਦੀ ਸੀ, ਉਹ ਸਾਨੂੰ ਸਕੂਲ ਛੱਡ ਕੇ ਆਉਂਦੀ ਸੀ ਤੇ ਸ਼ਾਮ ਨੂੰ ਲੈ ਕੇ ਆਉਂਦੀ ਸੀ। ਮੇਰੇ ਫਾਦਰ ਪਟਿਆਲੇ ਆਪਣਾ ਲਾਅ ਕਰਦੇ ਹੁੰਦੇ ਸੀ ਤੇ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦੇ ਸੀ ਤੇ ਸਾਈਕਲ 'ਤੇ ਮੈਂ ਉਹਨੂੰ ਜਾਂਦੇ ਦੇਖਿਆ ਕਚਹਿਰੀ, ਫਿਰ ਉਸ ਤੋਂ ਬਾਅਦ ਟੁੱਟੇ ਹੋਏ ਸਕੂਟਰ 'ਤੇ ਜਾਂਦੇ ਦੇਖਿਆ ਉਹਨੂੰ। ਸੋ ਉਹ ਘਰ ਜਿਹੜਾ ਉਹਨਾਂ ਨੇ ਆਪਣੀ ਮਿਹਨਤ ਨਾਲ ਬਣਾਇਆ ਸੀ, ਇਹਨੇ ਕਹਿਤਾ ਤੂੰ ਇੱਥੇ ਨਹੀਂ ਰਹਿ ਸਕਦੀ, ਤੇਰਾ ਇੱਥੇ ਕੱਖ ਨਹੀਂ ਹੈ। ਉਹ ਚੁੱਪ ਕਰ ਗਈ, ਉਹਨੇ ਨਹੀਂ ਇਹਨੂੰ ਕੁਛ ਕਿਹਾ। ਮੈਂ ਇਹਨੂੰ ਰਿਕੁਐਸਟ ਕੀਤੀ ਉਦੋਂ, ਮੈਂ ਕਿਹਾ ਸ਼ੈਰੀ ਬੇਟਾ ਇੱਦਾਂ ਕਰੋ, ਮੇਰੀ ਮਾਂ ਆਪਣੀ ਮਾਂ ਕੋਲ ਜਾਏਗੀ, ਉਹਦੇ ਕੋਲ ਹੋਰ ਕੋਈ ਜਗ੍ਹਾ ਨਹੀਂ, ਉਹਦੀ ਮਾਂ ਲੁਧਿਆਣੇ ਰਹਿੰਦੀ ਸੀ ਬਿੱਡੋ। ਮੈਂ ਕਿਹਾ ਬੇਟਾ ਗੱਡੀ ਭੇਜ ਦੇ ਤਾਂ ਕਿ ਮੇਰੀ ਮਾਂ ਦੀ ਇੰਨੀ ਇੱਜ਼ਤ ਆ ਜੀ ਆਪਣੇ ਦੋਨਾਂ ਦੀ ਮਾਂ ਦੀ, ਵੀ ਪਟਿਆਲੋ ਆਈਏ, ਪੁੱਤ ਨੇ ਗੱਡੀ 'ਚ ਭੇਜਿਆ ਆਪਣੀ ਮਾਂ ਨੂੰ। ਕਹਿੰਦਾ ਨਹੀਂ, ਇਹਦੇ ਲਈ ਕੱਖ ਨਹੀਂ ਹੈ, ਇਹ ਪੈਦਲ ਜਾਏ, ਇਹ ਬੱਸ 'ਚ ਜਾਏ, ਇਹਦੇ ਲਈ ਗੱਡੀ ਨਹੀਂ ਹੈ। ਉਹ ਗੱਡੀ 46-55 ਮੈਨੂੰ ਅੱਜ ਵੀ ਯਾਦ ਹੈ, ਚਿੱਟੀ ਅੰਬੈਸਡਰ ਪਹਿਲੀ ਗੱਡੀ ਜਿਹੜੇ ਮੇਰੇ ਮਾਂ ਪਿਓ ਦੀ ਸੀ। ਔਰ ਬਠਿੰਡੇ ਤੋਂ ਇੱਕ ਮੇਰੇ ਫਾਦਰ ਦੇ ਦੋਸਤ ਸੀ ਜਿਨ੍ਹਾਂ ਨੇ ਉਹਨਾਂ ਨੂੰ ਲੋਨ ਲੈ ਕੇ ਦਿੱਤਾ ਸੀ ਉਸ ਗੱਡੀ ਲਈ। ਮੈਂ ਕਿਹਾ ਠੀਕ ਹੈ ਬੇਟਾ, ਜਿੱਦਾਂ ਤੂੰ ਖੁਸ਼ ਹੈ। ਮੇਰੀ ਮਾਂ ਨੇ ਕਿਹਾ ਜਿੱਦਾਂ ਹੀ ਖੁਸ਼ ਹੈ ਬੱਬੀ। ਮੈਂ ਸੁਬਹਾ 6 ਉੱਠ ਕੇ ਆਪਣੀ ਮਾਂ ਨੂੰ ਪੈਦਲ ਮੈਂ ਲੈ ਕੇ ਗਈ, ਜਿੱਥੇ ਸਾਨੂੰ ਰਿਕਸ਼ਾ ਮਿਲੀ ਰਿਕਸ਼ਾ ਲੈ ਕੇ ਮੈਂ ਉਹਨੂੰ ਬੱਸ ਚੜਾ ਕੇ ਆਈ। ਉਸ ਤੋਂ ਬਾਅਦ ਮੇਰੀ ਮਾਂ ਨੇ ਉਸ ਤੋਂ ਕਦੀ ਨਹੀਂ ਕੁਛ ਮੰਗਿਆ, ਨਾ ਅਸੀਂ ਕਦੀ ਭੈਣਾਂ ਨੇ ਕਦੀ ਕਹਿ ਦੇ ਵੀ ਮੇਰੇ ਤੋਂ ਇੱਕ ਧੇਲਾ ਵੀ ਮੰਗਿਆ। ਇਹਨੇ 1987 ਵਿੱਚ ਬਿਆਨ ਦਿੱਤਾ ਇੰਡੀਆ ਟੂਡੇ ਨੂੰ ਵੀ ਮੇਰੇ ਮਾਂ ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਸੀ। ਜਦੋਂ ਤਾਂ ਮੈਂ 2 ਦਾ, ਮੈਨੂੰ ਨਹੀਂ ਪਤਾ ਮੇਰੀਆਂ ਭੈਣਾਂ ਤੇ ਮਾਂ, ਆਹ ਮੈਂ ਫੋਟੋ ਦਿਖਾ ਰਹੀ ਹਾਂ ਤੁਹਾਨੂੰ, ਇਹ 2 ਦਾ ਲੱਗਦਾ ਤੁਹਾਨੂੰ? ਤੁਸੀਂ ਦੱਸ ਦਿਓ ਇਹ ਅਸੀਂ ਆ ਭੈਣਾਂ, ਇਹ ਮੈਂ, ਅਸੀਂ 2 ਭੈਣਾਂ, ਮੇਰਾ ਪਿਓ, ਆ ਮੈਂ, ਆ ਮੇਰੀ ਭੈਣ ਹੈ ਇੱਧਰ। ਆ ਮੇਰੇ ਫਾਦਰ, ਆ ਸ਼ੈਰੀ ਹੈ, ਆ ਜਿਹੜਾ ਪਿੱਛੇ ਸਰਦਾਰ ਬੰਦਾ ਹੈ, ਮੇਰੇ ਤਾਇਆ ਜੀ ਦਾ ਮੁੰਡਾ ਜੀ ਦੇ ਵਿਆਹ ਤੇ ਫੋਟੋ ਲਿੱਤੀ ਗਈ ਹੈ।
ਅਮਰਜੀਤ ਸਿੰਘ ਸਿੱਧੂ ਇਹ 2 ਸਾਲ ਦਾ, ਹੋ ਸਕਦਾ ਮੇਰੀਆਂ ਅੱਖਾਂ ਭੁਲੇਖਾ ਪੈਂਦਾ ਹੋਵੇ। ਤੁਸੀਂ ਬਾਅਦ ਵਿੱਚ ਇਹਦੀ ਜਿੰਨੀ ਮਰਜ਼ੀ ਫੋਟੋ ਲੈ ਲਈਓ, ਮੈਂ ਇੱਥੇ ਰੱਖ ਜੂ, ਮੈਂ ਇੱਥੇ ਫੋਟੋ ਰੱਖ ਜਾਣੀ ਹੈ, ਤੁਸੀਂ ਲੈ ਲਿਓ ਇਹਦੀ ਫੋਟੋ, ਸਾਰੇ ਜਾਣੇ ਜਿੱਦਾਂ ਵੀ ਲੈ ਲਈ। ਸੋ ਇਹਨੇ ਜਿਹੜਾ ਬਿਆਨ ਦਿੱਤਾ, ਮੇਰੀ ਮਾਂ ਇਹਦੇ ਕੋਲ ਗਈ ਲੁਧਿਆਣੇ ਤੋਂ, ਇਹਨੂੰ ਪੁੱਛਣ ਵੀ ਸ਼ਹਿਰੀ ਆ ਕੀ ਹੈ ਤੂੰ ਝੂਠ ਕਿਉਂ ਬੋਲ ਰਿਹਾ। ਇਹ ਕਹਿੰਦਾ ਮੈਂ ਨਹੀਂ ਕਿਹਾ ਮੰਮੀ, ਇਹ ਕਿਸੇ ਹੋਰ ਨੇ ਕਿਹਾ। ਉਹ ਕਹਿੰਦੇ ਫਿਰ ਤੂੰ ਉਦੋਂ ਕਿਉਂ ਨਹੀਂ ਕਿਹਾ ਜਦ ਤੂੰ ਕੋਲ ਸੀ ਵੀ ਇਹ ਝੂਠ ਹੈ, ਤੂੰ ਚੁੱਪ ਕਿਉਂ ਰਿਹਾ। ਉਹ ਬਿਮਾਰ ਸੀ ਜਨਾਨੀ, ਉਹਨੂੰ ਡਾਇਬਿਟੀਜ਼ ਸੀ, ਉਹਦੀ ਅੱਖਾਂ 'ਤੇ ਬਹੁਤ ਅਸਰ ਸੀ, ਪਰ ਉਹਨੇ ਇਸ ਤੋਂ ਇੱਕ ਧਰਦੀ ਧੇਲਾ ਨਹੀਂ ਮੰਗਿਆ, ਨਾ ਇਹਨੇ ਕਦੀ ਉਹਨੂੰ ਦਿੱਤਾ। ਉਹ ਕਹਿੰਦੇ ਵੀ ਮੈਂ ਇਹ ਕਲੀਅਰ ਕਰਨਾ, ਮੈਂ ਕੋਰਟ ਵਿੱਚ ਜਾਊਂਗੀ। ਕਹਿੰਦਾ ਹਾਂ ਮਾਂ ਤੂੰ ਕੋਰਟ 'ਚ ਜਾ, ਮੈਂ ਤੇਰੇ ਨਾਲ ਜਾ ਕੇ ਕਹੂੰਗਾ ਵੀ ਇਹ ਝੂਠ ਹੈ। ਉਹ ਕਹਿੰਦੀ ਠੀਕ ਹੈ। ਉਹਨੇ ਕਚਹਿਰੀ 'ਚ ਦਿੱਲੀ ਕੋਰਟ 'ਚ ਕੇਸ ਕੀਤਾ ਇੰਡੀਆ ਟੂਡੇ 'ਤੇ। ਉਹ ਜਾਂਦੀ ਰਹੀ ਪੇਸ਼ੀ 'ਤੇ ਨਹੀਂ ਗਿਆ, ਉਹਦੇ ਨਾਲ ਨਹੀਂ ਤੁਰਿਆ, ਉਹ ਇਕੱਲੀ ਜਾਂਦੀ ਰਹੀ। ਸੈਪਟੰਬਰ 1989 ਵਿੱਚ ਉਹ ਪੇਸ਼ੀ ਤੋਂ ਆ ਰਹੀ ਸੀ। ਮਾਫ ਕਰਿਓ, ਮੈਂ ਉਹਦੀ ਦਿੱਲੀ ਰੇਲਵੇ ਸਟੇਸ਼ਨ 'ਤੇ ਇੱਕ ਲਵਾਰਸ ਔਰਤ ਦੀ ਤਰ੍ਹਾਂ ਮੌਤ ਹੋ ਗਈ, ਜਿਹਦੇ ਕੋਲ ਕੋਈ ਉਹਦਾ ਘਰ ਵਾਲਾ ਬੱਚਾ ਨਹੀਂ ਸੀ, ਕੋਈ ਹੋਰ ਨਹੀਂ ਸੀ, ਜਦਕਿ ਇਹ ਉਹਦੇ ਪੈਸੇ 'ਤੇ ਐਸ਼ ਕਰ ਰਿਹਾ ਸੀ, ਕਿਉਂਕਿ ਉਹਨੂੰ ਹਿੱਸਾ ਨਾ ਦੇਣਾ ਪਏ, ਜਿਸ ਕਰਕੇ ਇਹਨੇ ਝੂਠ ਬੋਲਿਆ ਜੋ ਮੈਂ ਸਮਝਦੀ ਹਾਂ। ਉਹ ਰੇਲਵੇ ਸਟੇਸ਼ਨ 'ਤੇ ਮਰ ਗਈ, ਗੱਡੀ ਦੀ ਇੰਤਜ਼ਾਰ ਕਰਦੀ ਕਰਦੀ। ਲਵਾਰਸ ਔਰਤ ਨਹੀਂ ਸੀ ਉਹ, ਸਾਡੀ ਮਾਂ ਸੀ ਜਿਹਨੂੰ ਇਹਨੇ ਲਵਾਰਸ ਬਣਾਤਾ। ਕਿਸ ਕੰਮ ਲਈ? ਪੈਸੇ ਪਿੱਛੇ, ਪੈਸੇ ਪਿੱਛੇ। ਉਹ ਪੈਸੇ ਲੱਖਾਂ ਤੋਂ ਤੂੰ ਅੱਜ ਕਰੋੜਾਂ ਬਣਾ ਲਏ ਸ਼ਹਿਰੀ, ਤੂੰ ਹੋਰ ਕਰੋੜਾਂ ਬਣਾ। ਮੈਨੂੰ ਤੇਰਾ ਪੈਸਾ ਨਹੀਂ, ਇਹ ਪੈਸੇ ਮਾਮਲੇ ਨਹੀਂ ਹੈ। ਮੇਰੀ ਮਾਂ ਨੇ ਨਹੀਂ ਤੇਰੇ ਤੋਂ ਇੱਕ ਧੇਲਾ ਮੰਗਿਆ, ਉਹ ਮਰ ਗਈ, ਬਿਮਾਰ ਸੀ। ਮੈਨੂੰ ਤੇਰਾ ਪੈਸਾ ਨਹੀਂ ਚਾਹੀਦਾ ਭਰਾ, ਮੇਰੇ ਪੁੱਤਰਾ, ਮੇਰੇ ਪੁੱਤਰਾ ਵਰਗਾ ਜੀਣ ਜੋ ਗਿਆ ਮੇਰੇ ਲਈ ਬੜਾ ਔਖਾ ਹੈ। ਆਪਣੇ ਭਰਾ ਲਈ ਗੱਲ ਕਹਿ ਨਹੀਂ, ਪਰ ਇਹਨੇ ਮੈਨੂੰ ਮਜਬੂਰ ਕਰਤਾ। ਮੇਰੇ ਵਟਸਐਪ 'ਤੇ ਕਈ ਮੈਸੇਜ ਹੈ ਜਿਹੜੇ ਮੈਨੂੰ ਭੇਜੇ ਟਾਈਮ ਤੋਂ ਟਾਈਮ, ਵੀ ਸ਼ਹਿਰੀ ਤੂੰ ਜੋ ਕਰ ਰਿਹਾ ਬਹੁਤ ਗਲਤ ਕਰ ਰਿਹਾ, ਬੇਟਾ ਮੇਰੇ ਨਾਲ ਬਹਿ ਕੇ ਗੱਲ ਕਰ ਲੈ। ਇਹਨੇ ਨਹੀਂ ਮੈਨੂੰ ਕੋਈ ਜਵਾਬ ਦਿੱਤਾ, ਇਹਨੇ ਮੈਨੂੰ ਸਗੋਂ ਬਲੌਕ ਕਰਤਾ।
ਮੇਰੇ ਕੋਲ ਸਾਰੀਆਂ, ਜੇ ਤੁਹਾਨੂੰ ਸਕਰੀਨਸ਼ਾਟ ਚਾਹੀਦੇ ਹੋਣ, ਮੈਂ ਤੁਹਾਨੂੰ ਸਾਰੇ ਭੇਜ ਸਕਦੀ ਹਾਂ ਜੋ ਮੈਨੂੰ ਲਿਖਿਆ। ਮੈਨੂੰ ਇਹਦਾ ਕਦੀ ਕੋਈ ਜਵਾਬ ਨਹੀਂ ਆਇਆ। ਜਦੋਂ ਮੇਰੀ ਭੈਣ ਦੀ ਡੈਥ ਹੋਈ, ਮੇਰੀ ਭਾਂਜੀ ਨੇ ਮੈਨੂੰ ਦੱਸਿਆ, ਮੇਰੀ ਭਾਂਜੀ ਇਕੱਲੀ ਸੀ, ਮੈਂ ਉਹਨੂੰ ਅਮਰੀਕਾ ਲੈ ਗਈ ਕਿਉਂਕਿ ਉਹਦਾ ਇੱਥੇ ਕੱਖ ਵੀ ਨਹੀਂ ਸੀ, ਉਹਦਾ ਬੱਚਾ ਸਪੈਸ਼ਲ ਨੀਡ ਸੀ, ਉਹ ਹੁਣ ਅਮਰੀਕਾ ਆਪਣੀ ਨੌਕਰੀ ਕਰਦੀ ਹੈ। ਇਹਨੇ ਨਹੀਂ ਉਹਨੂੰ ਪੁੱਛਿਆ ਕਦੇ ਵੀ। ਉਹਨੇ ਮੈਨੂੰ ਦੱਸਿਆ, ਮਾਸੀ ਮੰਮੀ ਕਹਿੰਦੀ ਸੀ, ਬੜੇ ਮੰਮਾ, ਮੇਰੀ ਮੰਮੀ ਨੂੰ ਬੜੇ ਮੰਮਾ ਕਹਿੰਦੇ ਸੀ, ਆਪਣੀ ਨਾਨੀ ਨੂੰ ਵੀ ਬੜੇ ਮੰਮਾ ਦੀ ਜਿੱਦਣ ਡੈਥ ਹੋਈ ਹੈ, ਮੇਰੀ ਮੰਮੀ ਉਹ ਲੱਭ ਰਹੀ ਸੀ ਮੈਨੂੰ ਮਿਲ ਜੇ ਕਿਤੋਂ, ਇੰਡੀਆ ਟੂਡੇ ਤੋਂ, ਅਤੇ ਮੈਨੂੰ ਪੁੱਛਿਆ। ਮੈਂ ਕਿਹਾ ਅੱਛਾ ਬੇਟਾ। ਉਸ ਤੋਂ ਬਾਅਦ ਮੈਂ ਸੋਚਿਆ, ਮਾਂ ਦਾ ਦੁੱਖ ਹਮੇਸ਼ਾ ਪੁੱਤ ਠੀਕ ਕਰਦੇ ਆ। ਆਪਾਂ ਕਹਿੰਦੇ ਹਾਂ ਵੀ ਪੁੱਤ ਜਿਹੜਾ ਆਪਣੇ ਮਾਂ ਪਿਓ ਦੀ ਇੱਜ਼ਤ ਰੱਖਦੇ ਆ, ਇੰਨੇ ਨਹੀਂ ਰੱਖੀ। ਜਿਹੜੀ ਮਾਂ ਨੇ ਆਪਣੀ ਜਾਨ ਤੇ ਖੇਲ ਕੇ ਇਹਨੂੰ ਜਨਮ ਦਿੱਤਾ, ਜਿਵੇਂ ਦੱਸਦਾ ਵੀ ਉਹਨੂੰ ਪਲੇਸੈਂਟਾ ਪ੍ਰੀਵੀਆ ਸੀ ਮੇਰੀ ਮਾਂ ਨੂੰ, ਉਹ ਹਸਪਤਾਲ ਪਈ ਰਹੀ 4 ਮਹੀਨੇ, ਵੀ ਇਹ ਬਚ ਜੇ। ਇਹਨੇ ਉਹਨੂੰ ਕੀ ਦਿੱਤਾ? ਨਮੋਸ਼ੀ, ਬੇਇੱਜ਼ਤੀ, ਤੇ ਅਲਟੀਮੇਟਲੀ ਉਹਦੀ ਮੌਤ। ਇਹ ਉਹਦੇ ਪੁੱਤ ਨੇ ਉਹਨੂੰ ਦਿੱਤਾ, ਜਿਹਨੂੰ ਅਸੀਂ ਰੱਬ ਤੋਂ ਦੁਆਵਾਂ ਕਰਕੇ ਲਿੱਤਾ ਸੀ, ਦੋਨਾਂ ਭੈਣਾਂ ਨੇ, ਮਾਂ ਨੇ, ਪਿਓ ਨੇ, ਸਾਨੂੰ ਇੱਕ ਭਰਾ ਦੇ ਦੇ, ਅਸੀਂ ਰੱਖੜੀ ਬੰਨ ਸਕੀਏ, ਉਹਨੂੰ ਸਾਨੂੰ ਇੱਕ ਪੁੱਤ ਦੇ ਦੇ। ਇਹ ਉਸ ਪੁੱਤ ਨੇ ਉਹਨੂੰ ਦਿੱਤਾ ਤੇ ਸਾਨੂੰ ਦਿੱਤਾ। ਕਦੀ ਇਸ ਤੋਂ ਪੈਸਾ ਤਾਂ ਨਹੀਂ ਕਿਸੇ ਨੇ ਮੰਗਿਆ, ਇਹਨੂੰ ਪੁੱਛੋ। ਉਹ ਮੇਰੀ ਭਾਂਜੀ ਨੇ ਜਦ ਮੈਨੂੰ ਕਿਹਾ, ਮੈਂ ਫਿਰ ਇਹ ਆਰਟੀਕਲ ਲੱਭਣਾ ਸ਼ੁਰੂ ਕੀਤਾ ਵੀ ਮੈਨੂੰ ਕਿਤੋਂ ਮਿਲੇ, ਕਿਉਂਕਿ ਮੈਂ ਪ੍ਰੂਫ ਲਿਆਉਣਾ ਚਾਹੁੰਦੀ ਸੀ ਤੁਹਾਡੇ ਸਭ ਦੇ ਸਾਹਮਣੇ। ਮੈਂ ਸ਼ਾਇਰੀ ਨਹੀਂ ਹਾਂ ਜਿਹੜਾ ਜੋ ਮੂੰਹ ਚਾਹੇ ਬੋਲੀ ਜਾਵਾਂ, ਮੈਂ ਉਹ ਨਹੀਂ ਹਾਂ। ਮੈਂ ਹਰ ਚੀਜ਼ ਦਾ ਸਬੂਤ ਹੈ ਮੇਰੇ ਕੋਲ, ਜੋ ਕੁਛ ਮੈਂ ਕਹਿ ਰਹੀ ਮੈਂ ਉਹੀ ਨਹੀਂ ਬੋਲਣਾ। ਉਹ ਮੈਨੂੰ ਆਰਟੀਕਲ ਬਹੁਤ ਦੇਰ ਬਾਅਦ ਜਾ ਕੇ ਲੱਭਾ, ਉਹਦੀ ਕਾਪੀ ਹੈ, ਉਹ ਵੀ ਤੁਹਾਨੂੰ ਸਭ ਨੂੰ ਮਿਲ ਜਾਏਗੀ ਜੋ ਇਹਨੇ ਕਿਹਾ। ਜਦੋਂ ਉਹ ਆਰਟੀਕਲ ਮੇਰੇ ਕੋਲ ਆਇਆ, ਮੈਂ ਫਿਰ ਇਹਨੂੰ ਵਟਸਐਪ 'ਤੇ ਮੈਸੇਜ ਭੇਜਿਆ, ਸ਼ੈਰੀ ਤੂੰ ਬਹੁਤ ਕਰੂਅਲ ਹੈ ਜੋ ਕੁਛ ਤੂੰ ਆਪਣੀ ਫੈਮਿਲੀ ਨਾਲ ਕਰ ਰਿਹਾ, ਕਦੀ ਤੂੰ ਸੋਚਿਆ ਤੂੰ ਕੀ ਕਰ ਰਿਹਾ? ਇਹਦਾ ਕੋਈ ਜਵਾਬ ਨਹੀਂ। ਸੋ ਮੇਰੇ ਕੋਲ ਫਿਰ ਮੈਂ ਜਦੋਂ ਮਿਲਣ ਗਈ ਹਾਂ 20 ਜਨਵਰੀ ਨੇ, ਇਹਨੇ ਦਰਵਾਜ਼ੇ ਨਹੀਂ ਖੋਲ੍ਹੇ। ਹੁਣ ਮੈਨੂੰ ਨਹੀਂ ਸਮਝ ਆਉਂਦੀ ਮੇਰੇ ਕੋਲ ਹੋਰ ਕੀ ਰਸਤਾ ਵੀ ਮੈਂ ਆਪਣੀ ਮਾਂ ਦੇ ਲਈ, ਉਹਦੇ ਨਾਮ 'ਤੇ ਜਿਹੜੇ ਇਹਨੇ ਧੱਬਾ ਲਾਇਆ, ਮੈਂ ਉਹ ਕਿੱਦਾਂ ਕਲੀਅਰ ਕਰਾਂ? ਮੇਰੇ ਕੋਲ ਇੱਕ ਸਿਰਫ ਪ੍ਰੈਸ ਤੁਸੀਂ ਲੋਕ ਹੋ ਜਿਹੜੀ ਮੇਰੀ ਮਦਦ ਕਰ ਸਕਦੇ ਹੋ ਇਹਦੇ ਤੋਂ ਆਨਸਰ ਲੈਣ 'ਚ, ਮੈਨੂੰ ਪ੍ਰੂਫ ਦੇਵੇ ਜਿਹੜਾ ਇਹਨੇ ਕਿਹਾ, ਇੱਕ ਇੱਕ ਚੀਜ਼ ਦਾ ਤੁਹਾਨੂੰ ਪ੍ਰੂਫ ਦੇਵੇ ਜੋ ਇਹਨੇ ਕਿਹਾ। ਜਦੋਂ ਵੀ ਇਹ ਤੁਹਾਡੇ ਸਾਹਮਣੇ ਆਉਂਦਾ ਮੈਂ ਇਹਦੀ ਦੇਖਦੀ ਹੁੰਦੀ ਹਾਂ ਨੈੱਟ 'ਤੇ, ਕਈ ਵਾਰੀ ਕਾਨਫਰੰਸ ਇਹਦੇ ਨਾਲ 10 ਕੁ ਬੰਦੇ ਬੈਠੇ ਹੁੰਦੇ ਆ, ਤੁਹਾਨੂੰ ਸਭ ਨੂੰ ਪਤਾ ਢੇਰ ਲੱਗਿਆ ਹੁੰਦਾ ਕਾਗਜ਼ਾਂ ਦਾ, ਆਹ ਦੇਖੋ ਜੀ ਪ੍ਰੂਫ ਫਲਾਣੇ ਲਈ, ਆਹ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦਿੰਦਾ, ਆਹ ਦੇਖੋ ਇੰਨੇ ਸਾਲ ਪੁਰਾਣਾ ਪ੍ਰੂਫ ਤੁਹਾਨੂੰ ਦਿੰਦਾ ਸਾਰਿਆਂ ਨੂੰ। ਹੁਣ ਤੁਸੀਂ ਪ੍ਰੂਫ ਦਵੋ, ਮੰਗੋ ਉਸ ਤੋਂ ਜਿਹੜਾ ਤੁਹਾਨੂੰ ਦਿੰਦਾ ਹਮੇਸ਼ਾ ਪ੍ਰੂਫ, ਲਿਆਓ ਪ੍ਰੂਫ ਦਵੋ।
ਜੇ ਮੈਨੂੰ ਦੁਆ ਸਕਦੇ ਹੋ ਮੇਰੀ ਮਾਂ ਦੇ ਲਈ ਨਿਆਏ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ, ਤੁਸੀਂ ਪ੍ਰੈਸ ਹੋ, ਤੁਸੀਂ ਇਹਨੂੰ ਬਣਾਇਆ ਇਹਦਾ ਪਰਸੋਨਾ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀ ਇਹ ਕੀ ਹੈ, ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਤੁਸੀਂ ਇਹਦਾ ਹਰ ਅਕਸ਼ਰ ਜਿਹੜਾ ਇਹਨੇ ਕਿਹਾ ਤੁਸੀਂ ਉਹਨੂੰ ਬਾਏ ਕੀਤਾ ਵੀ ਇਹ ਸਹੀ ਹੈ, ਕਿਉਂਕਿ ਅਸੀਂ ਅੱਜ ਤੱਕ ਕਦੀ ਬੋਲੀਆਂ ਨਹੀਂ। ਮੈਂ 70 ਸਾਲ ਦੀ ਹਾਂ, ਮੇਰੇ ਲਈ ਬੜਾ ਔਖਾ ਹੈ ਗੱਲ ਕਰਨੀ, ਮੇਰੀ ਫੈਮਿਲੀ ਦੀ ਗੱਲ ਹੈ, ਪਰ ਇਹ ਮੇਰੀ ਮਾਂ ਦਾ ਸਵਾਲ ਹੈ, ਮੇਰੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ ਹੈ, ਜਿਹਦੇ ਕਰਕੇ ਮੈਨੂੰ ਇਹ ਸਟੈਪ ਲੈਣਾ ਪਿਆ ਤੁਹਾਡੇ ਲੋਕਾਂ ਦੇ ਸਾਹਮਣੇ। ਪਲੀਜ਼ ਮੇਰੀ ਮਦਦ ਕਰੋ, ਜੇ ਇਹਨੂੰ ਕੋਈ ਵੀ ਗੱਲ ਹੈ, ਇਤਰਾਜ਼ ਹੈ, ਕੁਛ ਵੀ ਹੈ, ਤੁਹਾਡੇ ਲੋਕਾਂ ਦੇ ਸਾਹਮਣੇ ਮੇਰੇ ਨਾਲ ਡਿਬੇਟ ਕਰਨ ਨੂੰ ਤਿਆਰ ਆ, ਇਕੱਲੇ ਨਾਲ ਨਹੀਂ। ਹੁਣ ਇਹ ਟਾਈਮ ਚਲਾ ਗਿਆ, ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੇਰੇ ਇਕੱਲੀ ਨਾਲ ਤੂੰ ਗੱਲ ਕਰ ਲੈ ਪੁੱਤਰਾ, ਮੈਂ ਇਹਨੂੰ ਸ਼ਹਿਰੀ ਪੁੱਤ ਕਹਿੰਦੀ ਹਾਂ, ਮੈਂ ਤੇ ਮੇਰੀ ਭੈਣ ਨੇ ਕਦੀ ਇਹਨੂੰ ਭਰਾ ਨਹੀਂ ਕਿਹਾ, ਇਹ ਸਾਡਾ ਪੁੱਤਾਂ ਵਰਗਾ, ਬੜਾ ਕਿਹਾ ਇਹਨੂੰ ਸ਼ਹਿਰੀ ਪੁੱਤ, ਨਾ ਕਰੇ ਤਾਂ ਥੋੜ੍ਹਾ ਜਿਹਾ ਸੋਚ ਲੈ, ਤੇਰੇ ਤੋਂ ਕੁਛ ਮੰਗਦਾ ਨਹੀਂ ਕੋਈ, ਇਹ ਕਹਿ ਦੇ ਇੱਕ ਵਾਰੀ ਵੀ ਮੇਰੀ ਮਾਂ ਨੇ ਜਾਂ ਭੈਣਾਂ ਨੇ ਇੱਕ ਧੇਲਾ ਵੀ ਮੰਗਿਆ। ਹਾਂ, ਇਹਨੂੰ ਕੋਈ ਚੀਜ਼ ਦੀ ਲੋੜ ਹੋਈ, ਇਹਨੇ ਮੈਨੂੰ ਕਿਹਾ ਮੈਨੂੰ ਭੇਜੀ ਹੈ, ਜਦੋਂ ਚੀਜ਼ ਭੇਜਦਾ ਫਿਰ ਇਹਦੇ ਵਟਸਐਪ 'ਤੇ ਮੈਸੇਜ ਆ, ਯੂ ਆਰ ਅ ਜੈਮ ਦੀਦੀ, ਉਦੋਂ ਮੈਂ ਜੈਮ ਹੋ ਗਈ, ਉਂਝ ਮੈਂ ਘਰ ਨਹੀਂ ਵੜ ਸਕਦੀ, ਠੀਕ ਹੈ। ਸੋ ਮੈਂ ਬੇਨਤੀ ਕਰ ਰਹੀ ਹਾਂ ਤੁਹਾਡੇ ਨਾਲ, ਅਤੇ ਨਾਲੇ ਮੈਂ ਪੰਜਾਬ ਦੀਆਂ ਸਾਰੀਆਂ ਮਾਵਾਂ ਭੈਣਾਂ ਨੂੰ ਅਪੀਲ ਕਰਦੀ ਹਾਂ, ਮੇਰੀ ਮਾਂ ਚਲੀ ਗਈ, ਮੇਰੀ ਭੈਣ ਚਲੀ ਗਈ, ਤੁਸੀਂ ਸਾਰੀਆਂ ਮੇਰੀਆਂ ਮਾਵਾਂ ਭੈਣਾਂ ਹੋ, ਜਿੱਥੇ ਕਿਤੇ ਤੁਹਾਨੂੰ ਮਿਲਦਾ ਪਲੀਜ਼ ਇਹਨੂੰ ਪੁੱਛੋ ਤੂੰ ਆਪਣੀ ਮਾਵਾਂ ਭੈਣਾਂ ਨਾਲ ਕੀ ਕੀਤਾ, ਕਿਉਂ ਕੀਤਾ, ਇੱਕ ਪੈਸੇ ਪਿੱਛੇ, ਇੱਕ ਪੈਸੇ ਪਿੱਛੇ ਤੂੰ ਆਪਣੀ ਮਾਂ ਨੂੰ ਉਹਦਾ ਰਾਈਟਫੁਲ ਹੱਕ ਨਾ ਦੇਣਾ ਪਏ ਤਾਂ ਤੂੰ ਇਹ ਝੂਠ ਬੋਲੂ, ਓਏ ਪੈਸੇ ਪਿੱਛੇ ਤੂੰ ਉਹ ਆਪਣੀ ਮਾਂ ਨੂੰ ਕਹਿ ਦਿੰਦਾ, ਆਪਣੀਆਂ ਭੈਣਾਂ ਨੂੰ ਕਹਿ ਦਿੰਦਾ ਵੀ ਮੈਨੂੰ ਪੈਸੇ ਦੀ ਬਹੁਤ ਭੁੱਖ ਹੈ, ਮੈਂ ਤੁਹਾਨੂੰ ਨਹੀਂ ਦੇਣਾ ਕੁਛ ਵੀ, ਅਸੀਂ ਤੇਰੇ ਤੋਂ ਮਾਰ ਕੇ ਸੁੱਟ ਦਿੰਦੀ ਹਾਂ ਸ਼ੇਰੀ, ਅਸੀਂ ਹੁਣ ਵੀ ਤੇਰੇ ਤੋਂ ਮਾਰਿਆ ਹੋਇਆ, ਸਾਨੂੰ ਨਹੀਂ ਚਾਹੀਦਾ ਤੇਰਾ ਪੈਸਾ, ਇਹ ਪੈਸਾ ਮੇਰੇ ਮਾਂ ਦੇ ਖੂਨ ਨਾਲ ਰੰਗਿਆ ਹੋਇਆ ਜਿਹੜਾ ਅੱਜ ਇੰਜੋਏ ਕਰ ਰਿਹਾ, ਮੈਨੂੰ ਨਹੀਂ ਚਾਹੀਦਾ ਆਪਣੇ ਮਾਂ ਦੇ ਪਿਓ ਦੇ ਖੂਨ ਦਾ ਪੈਸਾ, ਮੈਨੂੰ ਨਹੀਂ ਚਾਹੀਦਾ, ਅਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ ਔਰ ਕਰਾਂਗੇ, ਪਰ ਮੈਨੂੰ ਜਵਾਬ ਲੈ ਦਿਓ ਰੱਬ ਦੇ ਪਾਸੇ, ਮੈਂ ਸਿਰਫ ਤੁਹਾਨੂੰ ਇੰਨੀ ਗੁਜ਼ਾਰਿਸ਼ ਕਰਨੀ ਹੈ, ਇਸ ਲਈ ਮੈਂ ਇੱਥੇ ਆਈ ਹਾਂ, ਅਤੇ ਆਪਣਾ ਮੈਂ ਚੰਗਾ ਚੱਕਿਆ। ਇੱਕ ਅਖੀਰੀ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗੀ, ਉਹ ਜੀਣ ਜੋ ਗਿਆ ਮੇਰੇ ਭਰਾਵਾ, ਮੇਰੇ ਪੁੱਤਰਾ, ਇੱਕ ਘਰ ਤਾਂ ਡੈਨ ਵੀ ਛੱਡ ਦਿੰਦੀ ਹੈ, ਉਹ ਇੱਕ ਘਰ ਤਾਂ ਪੁੱਤਰਾ ਡੈਨ ਵੀ ਛੱਡ ਦਿੰਦੀ ਹੈ, ਅਤੇ ਤੂੰ
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਣਨ ਲਈ। ਮੈਂ ਹੋਰ ਤੁਹਾਨੂੰ ਕੁਛ ਨਹੀਂ ਕਹਿਣਾ ਚਾਹੁੰਦਾ। ਜੇ ਤੁਸੀਂ ਸੁਣਿਆ ਜੋ ਮੈਂ ਕਿਹਾ, ਮੈਂ ਬਿਨਾਂ ਪਰੂਫ ਤੋਂ ਨਹੀਂ ਆਉਣਾ ਚਾਹੁੰਦੀ। ਮੈਨੂੰ ਆਰਟੀਕਲ ਹੁਣ ਲੱਭਿਆ, ਉਹ ਆਰਟੀਕਲ, ਫਿਰ ਮੈਂ ਇਹਦੇ ਕੋਲ ਗਈ ਹਾਂ 20 ਤਰੀਕ ਇਹਦੇ ਨਾਲ ਗੱਲ ਕਰਨ ਲਈ ਵੀ ਮੈਨੂੰ ਇਹ ਕੰਮ ਕਰਨਾ ਨਾ ਪਏ ਜਿਹੜਾ ਮੈਂ ਹੁਣ ਕਰ ਰਹੀ ਹਾਂ। ਤੁਹਾਨੂੰ ਮੈਂ ਪਹਿਲਾਂ ਦੱਸਿਆ, ਇਹਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕੀਤੇ ਹੋਏ, ਇਹਦੇ ਨੌਕਰ ਤੱਕ ਘਰ ਦਾ ਦਰਵਾਜ਼ਾ ਨਹੀਂ ਖੋਲਦੇ ਮੈਨੂੰ। ਔਰ ਇਹ ਪਹਿਲੀ ਵਾਰੀ ਨਹੀਂ ਹੈ, ਬੜੇ ਸਾਲਾਂ ਤੋਂ ਇਹ ਚੱਲ ਰਿਹਾ। ਮੈਂ ਨਹੀਂ ਬੋਲੀ ਵੀ ਸ਼ਾਇਦ ਇਹਨੂੰ ਅਕਲ ਆ ਜਾਏ, ਨਾਲੇ ਮੇਰੇ ਕੋਲ ਪਰੂਫ ਹੋਣਾ ਚਾਹੀਦਾ। ਮੈਂ ਬਿਨਾਂ ਪਰੂਫ ਤੋਂ ਨਹੀਂ ਕੁਛ ਕਹਿਣਾ ਚਾਹੁੰਦੀ। ਮੈਂ ਕੋਈ ਮੈਂ ਪੋਲੀਟੀਕਲ ਬੰਦਾ ਨਹੀਂ ਹਾਂ, ਮੈਂ ਤੁਹਾਨੂੰ ਪਹਿਲਾਂ ਕਿਹਾ ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਕੰਸਰਨ ਨਹੀਂ ਹੈ। ਇਹ ਮੇਰਾ ਫੈਮਿਲੀ ਮੈਟਰ, ਮੈਨੂੰ ਉਹਦੇ ਲਈ ਹੈਲਪ ਚਾਹੀਦੀ ਹੈ ਵੀ ਜੋ ਕੁਛ ਇਹਨੇ ਆਪਣੀ ਮਾਂ ਲਈ ਝੂਠ ਬੋਲਿਆ ਮੈਨੂੰ ਉਹਦਾ ਪਰੂਫ ਦੇਵੇ। ਮੈਨੂੰ ਪਰੂਫ ਦੇਵੇ, ਇਹਨੇ ਲਿਖਿਆ, ਇਹਨੇ ਕਿਹਾ ਮੇਰੇ ਮਾਂ ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਹੋਈ ਹੈ ਜਦੋਂ ਮੈਂ 2 ਸਾਲ ਦਾ ਸੀ। ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ। ਆਹ ਫੋਟੋ ਮੈਂ ਤੁਹਾਨੂੰ ਤਾਂ ਦਿਖਾਈ ਹੈ, 2 ਸਾਲ ਦਾ ਇਹ ਦੇਖ। ਉਸ ਕਰਕੇ ਮੇਰੀ ਮਾਂ ਕਚਹਿਰੀ 'ਚ ਗਈ ਸੀ ਵੀ ਤੂੰ ਕਿਉਂ ਝੂਠ ਬੋਲ ਰਿਹਾ। ਔਰ ਮੈਂ ਸੋਚਦੀ ਇਹਨੇ ਸਿਰਫ ਪੈਸੇ ਪਿੱਛੇ ਉਹ ਬਿਆਨ ਦਿੱਤਾ ਸੀ ਵੀ ਮੇਰੀ ਮਾਂ ਜਿਹੜੀ ਹੈ ਉਹਨੂੰ ਮੈਂ ਜਦਾ ਚੋਂ ਕੱਢਦਾ, ਔਰ ਇਹਨੇ ਨਹੀਂ ਦਿੱਤਾ। ਇਹਨੇ ਜਦਾ ਚੋਂ ਕੱਢਿਆ ਉਹਨੂੰ, ਉਹਨੇ ਮੰਗਿਆ ਨਹੀਂ, ਅਸੀਂ ਨਹੀਂ ਮੰਗਿਆ। ਸੋ ਮੈਂ ਤੁਹਾਨੂੰ ਦੱਸਤਾ ਸਾਰਾ ਵੀ ਉਹਨੇ, ਮੈਂ ਆਪਣੀ ਮਾਂ ਨੂੰ ਸੜਕ ਤੇ ਪੈਦਲ ਲੈ ਕੇ ਗਈ ਆ ਬੱਸ ਵਿੱਚ, ਜਦਕਿ ਇਹਨੇ ਨਾ ਕਰਤੀ। ਹੋਰ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ। ਕੀ ਗੱਲ ਜੀ, ਹਾਂਜੀ ਹੋਈ ਨਹੀਂ। ਤੁਸੀਂ ਗੱਲ ਸਮਝ ਆਉਣ ਦੀ ਕੋਸ਼ਿਸ਼ ਕਰੋ। ਮੈਂ ਜੋ ਕਹਿ ਰਹੀ ਹਾਂ, ਮੈਨੂੰ ਪਰੂਫ ਦੇਵੇ ਸੈਪਰੇਸ਼ਨ ਦਾ ਜਿਹੜਾ ਇਹਨੇ ਕਿਹਾ ਝੂਠ ਬੋਲਿਆ। ਆਪਣੀ ਮਾਂ ਨੂੰ ਜਦਾਦ ਤੋਂ ਬੇਦਖਲ ਆਪਣੀਆਂ ਭੈਣਾਂ ਨੂੰ ਕਰਨ ਲਈ ਮੈਂ ਉਹ ਪਰੂਫ ਮੰਗ ਰਹੀ ਹਾਂ। ਦੇਵੇ ਮੈਨੂੰ ਪਰੂਫ ਜਿਹੜਾ ਮੇਰੀ ਮਾਂ ਮੰਗਦੀ ਸੀ, ਜਿਹਦੇ ਲਈ ਉਹਨੇ ਕੇਸ ਕੀਤਾ। ਇਹ ਦੇਵੇ ਪਰੂਫ, ਕਿਉਂ ਨਹੀਂ ਗਿਆ ਉਹਦੇ ਨਾਲ? ਮੈਨੂੰ ਪਰੂਫ ਲੈ ਦਿਓ ਪਲੀਜ਼ ਰੱਬ ਦੇ। ਬਸ ਜੇ ਮੇਰੀ ਮਾਂ ਦੀ ਇੱਜ਼ਤ ਜਿਹਦੇ ਲਈ ਉਹਨੇ ਆਪਣੀ ਜਾਨ ਦਿੱਤੀ, ਮੈਂ ਸਿਰਫ ਉਹਦਾ ਨਿਬੇੜਾ ਚਾਹੁੰਦੀ ਹਾਂ। ਮੈਨੂੰ ਕੱਖ ਨਹੀਂ ਚਾਹੀਦਾ। ਬੇਟਾ ਮੇਰੀ ਗੱਲ ਸੁਣੋ, ਮੇਰੀ ਗੱਲ, ਮੈਨੂੰ ਮੈਂ ਜੋ ਮੈਨੂੰ ਨੌਲੇਜ ਹੈ ਮੈਂ ਤੁਹਾਨੂੰ ਦੱਸਦਾ। ਇਹ ਹੁਣ ਤੁਸੀਂ ਪ੍ਰੈਸ ਵਾਲਿਆਂ, ਤੁਹਾਡੇ ਕੋਲ ਬਹੁਤ ਪਾਵਰ ਹੈ, ਇਹ ਹੁਣ ਤੁਸੀਂ ਦੇਖ ਲਓ ਪਹਿਲਾਂ ਦਿੱਤਾ ਬਾਅਦ 'ਚ ਦਿੱਤਾ, ਕਿੰਨੇ ਦਿੱਤੇ ਮੈਨੂੰ। ਜਿਹੜੀ ਚੀਜ਼ ਮੈਂ ਤੁਹਾਨੂੰ ਉਹ ਦੱਸਣੀ ਹੈ ਜਿਹੜੀ ਮੈਨੂੰ ਪਤਾ। ਮੈਂ ਸ਼ਹਿਰੀ ਨਹੀਂ ਹਾਂ ਜਿਹੜਾ ਐਵੇਂ ਝੂਠ ਬੋਲੀ ਜਾਵਾਂ। ਨਹੀਂ, ਇਹ ਸਵਾਲ ਇਸ ਲਈ ਪੁੱਛਿਆ ਗਿਆ ਜੀ ਕਿ ਇਹ ਪੁਰਾਣੇ ਨਏ ਹੈ
ਡਿਸਕਲੋਜ਼ ਹੋਈ ਹੋਈ ਹੈ, ਮੇਰੀ ਮਾਂ ਨੇ ਕੇਸ ਕੀਤਾ ਹੋਇਆ, ਉਹ ਮਰ ਗਈ, ਮੈਂ ਹੁਣ ਨਹੀਂ ਡਿਸਕਲੋਜ਼ ਕਰ ਰਹੀ। ਮੈਂ ਪੁਰਾਣਾ ਮੁੱਦਾ ਜਿਹਦੇ ਕਰਕੇ ਉਹ ਲਵਾਸਾ ਦੀ ਤਰ੍ਹਾਂ ਮਰ ਗਈ, ਮੈਂ ਉਹਨੂੰ ਦੁਬਾਰਾ ਚੱਕ ਰਹੀ ਹਾਂ ਜਿਹੜਾ ਉਹ ਚਾਹੁੰਦੀ ਸੀ ਵੀ ਮੇਰਾ ਨਾਮ ਕਲੀਅਰ। ਹਾਂਜੀ, ਹਾਂ, ਮੇਰਾ ਹਾਂਜੀ, ਬਸ ਹਾਂਜੀ, ਮੈਨੂੰ ਜਦੋਂ ਭਾਈ ਸਾਹਿਬ ਉਹ ਲਿੰਕ ਮਿਲੇਗਾ ਮੈਂ ਤਾਂ ਹੀ ਤੁਹਾਨੂੰ ਦੱਸੂਗੀ, ਜੇ ਮੇਰੇ ਹੱਥ ਚੋਂ ਹੈ ਹੀ ਨਹੀਂ ਇਹਦਾ ਸਟੇਟਮੈਂਟ। ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰ ਰਹੇ ਹੋ? ਤੁਸੀਂ ਕਹਿ ਰਹੇ ਮੈਂ ਕੁਛ ਨਹੀਂ ਕਰ ਰਹੀ, ਮੇਰੀ ਮਾਂ ਨੇ ਕੀਤੀ। ਮੈਂ ਤੁਹਾਡੇ ਕੋਲ ਪਹਿਲੀ ਵਾਰੀ ਆਈ ਹਾਂ ਹੁਣ, ਕਿਉਂਕਿ ਮੈਨੂੰ ਆਰਟੀਕਲ ਹੁਣ ਮਿਲਿਆ, ਮੈਂ ਲੱਭ ਰਹੀ ਸੀ। ਇਹ ਸਾਰੇ ਤੁਸੀਂ ਕਾਪੀ ਲੈ ਸਕਦੇ ਹੋ, ਸਾਰਿਆਂ ਕੋਲ ਕਾਪੀ ਹੈ। ਇਹ ਨੇ ਇੰਡੀਆ ਟੂਡੇ ਨੂੰ ਦਿੱਤੀ ਹੈ, ਜਿਹਦੇ ਚ ਇਹਨੇ ਕਿਹਾ ਮੈਂ 2 ਸਾਲ ਦਾ ਸੀ ਜਦੋਂ ਮੇਰੇ ਮਾਂ ਪਿਓ ਦੀ ਸੈਪਰੇਸ਼ਨ ਹੋ ਗਈ ਤੇ ਮੇਰੀ ਮਾਂ ਤੇ ਭੈਣਾਂ ਨਾਲ ਮੇਰਾ ਕੋਈ ਲਿੰਕ ਨਹੀਂ ਹੈ। ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਣ ਦੀ ਬਜਾਏ ਤੁਸੀਂ ਨਵਜੋਤ ਸਿੰਘ ਨੂੰ ਪੁੱਛ ਸਕਦੇ ਹੋ ਵੀ ਜਦ ਤੇਰੀ ਭੈਣ ਤੈਨੂੰ ਮਿਲਣ ਆਈ ਸੀ, ਜਦ ਤੇਰੀ ਭੈਣ ਤੈਨੂੰ ਵਟਸਐਪ ਤੇ ਮੈਸੇਜ ਭੇਜਦੀ ਸੀ ਵੀ ਤੂੰ ਕੀ ਕਰ ਰਿਹਾ ਆਪਣੀ ਫੈਮਿਲੀ ਨਾਲ, ਯੂ ਆਰ ਅ ਕਰੂਅਲ ਪਰਸਨ, ਵਟ ਯੂ ਆਰ ਡੂਇੰਗ ਟੂ ਯੂਅਰ ਫੈਮਿਲੀ, ਜਦੋਂ ਤੂੰ ਆਪਣੀਆਂ ਭੈਣਾਂ ਨੂੰ ਨੌਕਰਾਂ ਦੇ ਹੱਥ ਜਾਂ ਜਸਬੀਰ ਕੌਰ ਕਹਿ ਦਿੰਦੀ ਸੀ ਮੈਂ ਸੁੱਤੀ ਪਈ ਹਾਂ, ਚਾਬੀ ਨਹੀਂ ਮੈਂ ਦੇਣੀ, ਦਰਵਾਜ਼ਾ ਨਹੀਂ ਖੁੱਲ੍ਹਣਾ, ਤੂੰ ਉਹਦਾ ਕੁਛ ਕੀਤਾ ਸੀ ਵੀ ਉਦੋਂ? ਇਹ ਕੁਐਸਚਨ ਤੁਸੀਂ ਉਹਨੂੰ ਪੁੱਛੋ ਮੈਨੂੰ ਪੁੱਛਣ ਦੀ ਬਜਾਏ। ਮੈਨੂੰ ਮਜਬੂਰ ਕੀਤਾ ਗਿਆ, ਮੈਂ ਕਿਸੇ ਇਲੈਕਸ਼ਨ ਵਿੱਚ ਨਹੀਂ ਹਾਂ। ਤੁਹਾਨੂੰ ਜਸਬੀਰ ਕੌਰ ਨਹੀਂ ਪਤਾ ਜਿਹੜੀ ਉਸ ਘਰ ਦੀ ਸਭ ਕੁਛ ਹੈ, ਇਹਦੀ ਸੱਸ ਜਿਹਦੇ ਜਿਹਦੇ ਕਰਕੇ ਕੋਈ ਚੱਲਦਾ ਹੀ ਨਹੀਂ, ਤੁਹਾਨੂੰ ਉਹਦਾ ਨਹੀਂ ਪਤਾ? ਉਹਦੇ ਬਿਨਾਂ ਕੋਈ ਜਲ ਨਹੀਂ ਸਕਦਾ, ਘਰ ਚ ਵੜ ਨਹੀਂ ਸਕਦਾ। ਮੈਂ ਕੁਛ ਨਹੀਂ ਜਾਣਦੀ ਭਾਈ ਸਾਹਿਬ, ਭਾਈ ਸਾਹਿਬ ਮੈਂ ਕੁਛ ਨਹੀਂ, ਮੈਨੂੰ ਵੈਲਿਊ ਦਾ ਪਤਾ, ਅਸੀਂ ਕਦੀ ਇੱਦਾਂ ਸੋਚਿਆ ਨਾ, ਮੇਰੀ ਮਾਂ ਨੇ ਕਦੀ ਸੋਚਿਆ। ਮੈਨੂੰ ਇਹ ਪਤਾ ਘਰ ਸੀ, ਕੋਠੀ ਸੀ, ਜਾਇਦਾਦ ਸੀ, ਹੋਰ ਸੀ, ਜ਼ਮੀਨ ਸੀ, ਮੈਨੂੰ ਨਹੀਂ ਪਤਾ ਉਹਦੀ ਕੀ। ਮੇਰੇ ਪਿਓ ਦੀ ਪੈਨਸ਼ਨ ਪਈ ਸੀ, ਮੇਰੇ ਦਾਦਕੇ ਨਾਭੇ ਦੇ ਸੀ, ਮੈਨੂੰ ਨਹੀਂ ਇੰਨੀ ਡਿਟੇਲ ਪਤਾ, ਉਹਦੇ ਨੇੜੇ ਤੇੜੇ ਹੋਣੀ। ਹਾਂਜੀ, ਜਿਹੜੇ ਮੇਰੇ ਮਾਂ ਪਿਓ ਨੇ ਆਪ ਬਣਾਇਆ, ਠੀਕ ਹੈ। ਸੋ ਇਹਨੇ ਹੁਣ ਵੀ ਜਗਬਾਣੀ ਨੂੰ 5-6 ਦਿਨ ਹੋਇਆ ਇੱਕ ਬਣਾਈ ਹੈ ਟੇਪ ਦਿੱਤੀ ਹੈ, ਇਹਨੇ ਇੰਟਰਵਿਊ ਦਿੱਤੀ ਹੈ, ਮੈਂ ਇੱਥੇ ਸੀ ਜਦੋਂ ਇਹਨੇ ਕੀਤੀ ਹੈ।
ਉਹਦੇ 'ਚ ਵੀ ਜੋ ਕੁਛ ਇਹਨੇ ਕਿਹਾ ਆਪਣੇ ਮਾਂ ਪਿਓ ਬਾਰੇ 100% ਝੂਠ, 120% ਝੂਠ। ਇਹ ਤੁਸੀਂ ਦੇਖੋ, ਤੁਸੀਂ ਮੀਡੀਆ ਵਾਲੇ ਦੇਖ ਲਓ, ਜਗਬਾਣੀ ਦੇ ਯੂਟਿਊਬ 'ਤੇ ਕੱਢ ਲਓ। ਮੈਨੂੰ ਇਹਦੇ ਲਈ ਬਹੁਤ ਮੁਸ਼ਕਤ ਕਰਨੀ ਪਈ। ਜਦੋਂ ਮੇਰੀ ਭੈਣ ਦੀ ਡੈਥ ਹੋਈ 13 ਦੇ ਵਿੱਚ, ਮੈਨੂੰ ਕਿਸੇ ਨੇ E9 ਦੀ ਨਿਊਜ਼ ਦੇ ਵਾਲਿਆਂ ਦੇ ਨਾਲ ਮਿਲਾਇਆ। ਮੈਂ ਨਹੀਂ ਉਹਨਾਂ ਨੂੰ, ਉਹਨਾਂ ਨੇ ਮੇਰੀ ਇੰਟਰਵਿਊ ਲਈ ਇਹਨਾਂ ਨੇ ਉਦੋਂ, ਮੈਂ ਨਹੀਂ ਆਪਣੇ ਭਰਾ ਦੇ ਬਾਰੇ ਕੁਛ ਕਿਹਾ। ਮੈਂ ਉਹਨੂੰ ਕਿਹਾ ਇਹਨਾਂ ਨੂੰ ਵੀ ਮੈਨੂੰ ਕੋਈ ਇੰਡੀਆ ਟੂਡੇ ਦਾ ਬੰਦਾ ਮਿਲ ਸਕਦਾ, ਮੈਂ ਇੰਡੀਆ ਟੂਡੇ ਤੋਂ ਆਪਣੇ ਭਰਾ ਦਾ ਇੰਟਰਵਿਊ ਕੱਢਣਾ। ਉਹਨੇ ਮੈਨੂੰ ਇੰਡੀਆ ਟੂਡੇ ਵਾਲੇ ਦਾ ਨੰਬਰ ਭੇਜਿਆ, ਉਹ ਬੰਦੇ ਨੇ ਮੈਨੂੰ ਲਿੰਕ ਦਿੱਤਾ ਇੰਡੀਆ ਟੂਡੇ ਦਾ ਪੁਰਾਣਾ, ਵੀ ਤੁਸੀਂ ਜੀ 86 ਤੋਂ, ਮੈਂ ਕਿਹਾ ਸੀ 86 ਤੋਂ ਮੈਨੂੰ ਲਿੰਕ ਭੇਜੋ ਤਾਂ ਕਿ ਮੈਂ ਲੱਭ ਸਕਾਂ। ਉਹਨੇ ਮੈਨੂੰ ਲਿੰਕ ਭੇਜਿਆ, ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ, 2 ਸਾਲ ਉਹ ਲਿੰਕ ਰੱਖਿਆ, ਮੈਨੂੰ ਨਹੀਂ ਲੱਭਾ। ਮੈਂ ਹੋਰ ਬੜੇ ਬੰਦਿਆਂ ਦੀ ਮਦਦ ਮੰਗੀ ਵੀ ਪਲੀਜ਼ ਰੱਬ ਦੇ ਵਾਸਤੇ ਮੈਨੂੰ ਕੋਈ ਨਾ ਇੰਟਰਵਿਊ ਕਢਾ ਦਿਓ ਤਾਂ ਕਿ ਮੈਂ ਇਹਨੂੰ ਦਿਖਾ ਸਕਾਂ। ਮੈਂ ਇਹਨੂੰ ਦਿਖਾਉਣੀ ਸੀ ਬੇਸਿਕਲੀ, ਮੈਂ ਇਹਨੂੰ ਪੁੱਛਣਾ ਸੀ ਵੀ ਆਹ ਜੋ ਕੁਛ ਤੂੰ ਕਿਹਾ ਇਹ ਸੱਚ ਹੈ ਬੇਟਾ ਕਿ ਝੂਠ ਹੈ, ਮੈਨੂੰ ਦੱਸ। ਆਪਾਂ ਦੋਨੋਂ ਭੈਣ ਭਰਾ ਬੈਠੇ ਹਾਂ, ਮੈਂ ਇਹਦੇ ਲਈ ਕੱਢੀ ਸੀ, ਮੈਂ ਤੁਹਾਡੇ ਲਈ ਨਹੀਂ ਸੀ ਕੱਢੀ, ਮੈਂ ਮੀਡੀਆ 'ਚ ਆਉਣ ਲਈ ਨਹੀਂ ਸੀ ਕੱਢੀ, ਮੈਂ ਆਪਣਾ ਝੱਗਾ ਚੱਕ ਰਹੀ ਹਾਂ। ਤੁਹਾਨੂੰ ਲੱਗਦਾ ਮੈਨੂੰ ਫੀਲ ਨਹੀਂ ਹੋ ਰਿਹਾ ਮੇਰੇ ਪਰਿਵਾਰ ਦਾ ਝੱਗਾ ਚੱਕਿਆ, ਮੇਰਾ ਢਿੱਡ ਨੰਗਾ ਹੋ ਰਿਹਾ, ਮੇਰਾ ਬੱਚਿਆਂ ਵਰਗਾ ਭਰਾ ਹੋਵੇ, ਕਦੀ ਵੀ ਨਹੀਂ ਹੋਈ। ਮੈਨੂੰ ਨਹੀਂ ਪਤਾ, ਤੁਸੀਂ ਦੇਖੋ ਮੇਰਾ ਭਰਾ, ਮੇਰੇ ਬੱਚਿਆਂ ਵਰਗਾ, ਮੈਂ ਉਹਦੇ ਬਾਰੇ ਮਾੜਾ ਵੀ ਨਹੀਂ ਕਹਿ ਸਕਦੀ, ਮੈਂ ਨਹੀਂ ਕਹਿ ਸਕਦੀ, ਉਹ ਮੇਰਾ ਭਰਾ ਹੈ, ਇੱਕੋ ਭਰਾ ਹੈ, ਔਰ ਮੇਰੇ ਬੱਚਿਆਂ ਵਰਗਾ, ਮੈਂ ਉਹਦੇ ਲਈ ਕੋਈ ਮਾੜਾ ਨਹੀਂ ਕਹਿਣਾ ਚਾਹੁੰਦੀ। ਮੈਨੂੰ ਸਿਰਫ ਆਪਣੀ ਮਾਂ ਲਈ ਜਸਟਿਸ ਚਾਹੀਦਾ। ਇਹ ਲੋਕਾਂ ਦੇ ਉੱਤੇ, ਇਹ ਭਰਾ ਮੇਰਿਓ, ਭੈਣਾਂ ਮੇਰਿਓ, ਇਹ ਲੋਕਾਂ ਦੇ ਉੱਤੇ ਆ। ਮੈਂ ਕਿਸੇ ਨੂੰ ਕੁਛ, ਮੈਂ ਤਾਂ ਸਿਰਫ ਹੱਥ ਬੰਨ ਕੇ ਤੁਹਾਡੇ ਸਾਹਮਣੇ ਦੀ ਮਦਦ ਮੰਗ ਰਹੀ ਹਾਂ, ਇਹ ਤੁਹਾਡੇ 'ਤੇ ਹੈ, ਯਕੀਨ ਕਰਨਾ ਨਹੀਂ ਕਰਨਾ ਮੈਂ ਨਹੀਂ ਤੁਹਾਨੂੰ ਕਹਿ। ਮੈਂ ਇੰਡੀਆ 13 ਜਨਵਰੀ ਨੂੰ ਆਈ ਸੀ, ਮੈਂ ਹਰ ਸਾਲ ਆਉਂਦੀ ਹਾਂ ਇੱਥੇ, ਮੈਂ 90 ਦੀ ਉੱਥੇ ਗਈ ਹੋਈ ਹਾਂ, 89 'ਚ ਮੇਰੀ ਮਾਂ ਦੀ ਡੈਥ ਹੋਈ ਸੈਪਟੰਬਰ 'ਚ, ਮੈਂ ਫਰਵਰੀ 90 ਚਲੀ ਗਈ, ਮੈਂ ਅਤੇ ਮੇਰਾ ਘਰ ਵਾਲਾ, ਮੇਰਾ ਘਰ ਵਾਲਾ ਪਹਿਲਾਂ ਹੀ ਉੱਥੇ ਸੀ, ਉਹਦੇ ਕੋਲ ਗ੍ਰੀਨ ਕਾਰਡ ਸੀ, ਉਹਨੇ ਡਾਕਟਰੀ ਪਾਸ ਕੀਤੀ ਹੋਈ ਸੀ ਉੱਥੇ, ਉਹਦੇ ਬੇਸ 'ਤੇ ਮੈਨੂੰ ਇੱਥੋਂ ਗ੍ਰੀਨ ਕਾਰਡ ਮਿਲਿਆ ਅਤੇ ਮੈਂ ਚਲੀ ਗਈ। ਅਸੀਂ ਰਹਿੰਦੇ ਹਾਂ ਰੋਚੈਸਟਰ, ਨਿਊਯਾਰਕ, ਨਾਇਗਰਾ ਫਾਲ ਦੇ ਕੋਲ, 15 ਸਾਲ ਤੋਂ, ਪਿਛਲੇ 15 ਸਾਲ, ਅਤੇ ਮੈਂ ਹਰ ਸਾਲ ਇੱਥੇ ਆਉਂਦੀ ਸੀ। ਮੈਂ ਕੁਛ ਨਹੀਂ ਕਰਦੀ ਜੀ, ਮੇਰਾ ਘਰ ਵਾਲਾ ਡਾਕਟਰ ਹੈ, ਮੈਂ ਪਿਛਲੇ 10-12 ਸਾਲ ਤੋਂ ਕੋਈ ਨੌਕਰੀ ਨਹੀਂ ਕਰ ਰਹੀ, ਰੱਬ ਨੇ ਸਾਨੂੰ, ਵਾਹਿਗੁਰੂ ਨੇ ਮਿਹਰ ਕੀਤੀ ਹੈ ਸਾਡੇ ਹੱਥਾਂ ਨਹੁੰਆਂ ਨਾਲ,
ਮਾਸੀ ਜਦੋਂ ਮੀਆਂ ਬੀਬੀ ਇੱਥੋਂ ਗਏ ਸੀ, ਸਾਡੀ ਜੇਬ 'ਚ $80 ਸੀ। $80 ਲੈ ਕੇ ਅਸੀਂ ਨਿਊਯਾਰਕ ਉਤਰੇ ਸੀ ਦੋਨੋਂ ਮੀਆਂ ਬੀਬੀ। ਅਸੀਂ ਦੋਨੋਂ ਡਾਕਟਰ ਸੀ ਇੱਥੇ, ਸਾਡੀ ਉੱਥੇ ਕੋਈ ਫੈਮਿਲੀ ਮੈਂਬਰ ਨਹੀਂ ਸੀ ਵੀ ਸਾਨੂੰ ਕੋਈ ਸਪੋਰਟ ਹੋਵੇ। ਇਹਦੇ ਕੋਲ ਲੱਖਾਂ ਕਰੋੜਾਂ ਸੀ ਉਦੋਂ ਵੀ, ਕਦੀ ਇਸ ਤੋਂ ਮੰਗਿਆ, ਕਦੀ ਇਹਨੂੰ ਜਿਤਾਇਆ ਵੀ ਸ਼ਹਿਰੀ ਸਾਨੂੰ ਲੋੜ ਹੈ। ਮੇਰੀ ਭੈਣ ਇੱਥੇ ਅੰਨੀ ਸੀ ਆਲਮੋਸਟ, ਇਹਨੂੰ ਪਤਾ ਸੀ, ਉਹਨੇ ਮੰਗਿਆ ਇਸ ਤੋਂ ਕੁਛ। ਮੇਰੀ ਭੈਣ ਦਾ ਨਾਮ ਸੀ ਮਿਸਿਸ ਨੀਲਮ ਮਹਾਜਨ, ਮੇਰੀ ਮਾਂ ਹਿੰਦੂ ਸੀ ਨਿਰਮਲ, ਅਤੇ ਮੇਰਾ ਪਿਓ ਸਰਦਾਰ ਭਗਵੰਤ ਸਿੰਘ। ਮੇਰੀ ਨਾਨੀ ਕੁਮਾਰ ਮੰਡੀ ਸੀ, ਵਿਡੋ ਲੇਡੀ, ਉਹਨੇ ਆਪਣਾ ਘਰ ਬਣਾਇਆ ਸੀ ਸ਼ਾਮ ਸਿੰਘ ਰੋਡ 'ਤੇ। ਉਹਨੇ ਆਪਣੇ ਘਰ ਦੇ ਪਿੱਛੇ ਹੀ ਜਿੰਨੇ ਘਰ ਦੀ ਜ਼ਮੀਨ ਸੀ 300 ਗਜ਼, ਉਨੀ ਜ਼ਮੀਨ ਪਿੱਛੇ ਲੈ ਕੇ ਉਹਨੇ ਮੰਦਰ ਬਣਾਇਆ। ਕਿਸੇ ਤੋਂ ਇੱਕ ਪੈਸਾ ਨਹੀਂ ਲਿੱਤਾ, ਆਪ ਆਪਣਾ ਜਿੱਦਾਂ ਮਰਜ਼ੀ ਚੰਦਾ ਇਕੱਠਾ ਕਰਕੇ ਜਿੱਦਾਂ ਮਰਜ਼ੀ ਉਹਨੇ ਮੰਦਰ ਬਣਾ ਕੇ ਦਾਨ ਦਿੱਤਾ। ਉਹ ਮੰਦਰ ਹਾਲੇ ਵੀ ਉਹਦੀ ਮੂਰਤੀ ਲੱਗੀ, ਫੋਟੋ ਲੱਗੀ ਹੋਈ ਆ ਉੱਥੇ, ਮਾਤਾ ਕੁਸ਼ਲਿਆ ਦੇਵੀ ਮੰਦਰ ਕਹਿੰਦੇ ਆ ਉਹਨੂੰ। ਇਹ ਗਿਆ ਕਦੀ? ਜਿਹੜੀਆਂ ਇਹ ਗੱਲਾਂ ਕਰਦਾ ਤੂੰ ਕਰ ਪੁੱਤਰਾ, ਰੱਬ ਤੈਨੂੰ ਹੋਰ ਦੇ। ਵਾਹਿਗੁਰੂ ਨੂੰ ਮੈਂ ਕਹਿੰਦੀ ਹਾਂ ਵਾਹਿਗੁਰੂ ਇਹਨੂੰ ਹੋਰ ਦੇ, ਇਹਦੀ ਪੈਸੇ ਦੀ ਭੁੱਖ ਨੰਗ ਜੇ ਕਿਸੇ ਤਰੀਕੇ ਮੁੱਕਦੀ ਹੈ ਮੁਕਾ, ਇਹਨੂੰ ਹੋਰ ਦੇ ਵੱਧ ਦੇ। ਪਰ ਮੇਰੇ ਮਾਂ ਦਾ ਨਾਮ ਨਾ ਹੁਣ ਵਰਤੇ, ਝੂਠ ਨਾ ਬੋਲੇ, ਹੁਣ ਆਪਣੀ ਜ਼ੁਬਾਨ ਨੂੰ ਲਗਾਮ ਦੇ ਲੈ ਪੁੱਤਰਾ, ਬਹੁਤ ਹੁਣ ਸਾਨੂੰ ਹੋਰ ਜਲੀਲ ਨਾ ਕਰ ਰੱਬ ਦੇ ਵਾਸਤੇ ਆਪਣੇ ਟੱਬਰ। ਮੈਨੂੰ ਕਿਤੇ ਵੜਨ ਦੀ ਇਜਾਜ਼ਤ ਨਹੀਂ ਹੈ, ਨਾ ਮੇਰੀ ਭੈਣ ਨੂੰ ਸੀ, ਕਿਤੇ ਵੀ ਕਿਸੇ ਘਰ ਵਿੱਚ ਅਸੀਂ ਨਹੀਂ ਜਾ ਸਕਦੀਆਂ ਜਿੱਥੇ ਸਾਡਾ ਬਚਪਨ ਬੀਤਿਆ ਉਸ ਜੱਦੀ ਘਰ, ਅਸੀਂ ਨਹੀਂ ਉੱਥੇ ਜਾ ਸਕਦੀਆਂ। ਮੈਡਮ ਬਾਰ ਬਾਰ ਆਪ ਕਹਿ ਰਹੇ ਹੋ ਕਿ ਪੋਲੀਟੀਕਲ ਨਹੀਂ ਹੈ, ਲੇਕਿਨ ਆਪਕੋ ਪਤਾ ਚੁਣਾਵ ਹੈ ਔਰ ਆਜ ਹੀ ਖਤਮ ਕਰੋ। ਮੇਰੀ ਗੱਲ ਸੁਣੋ, ਕਿਹੜਾ ਟਾਈਮ ਸਹੀ ਟਾਈਮ ਹੋ ਸਕਦਾ ਆਪਣਾ ਝੱਗਾ ਚੱਕਣ ਲਈ? ਮੈਨੂੰ ਉਹ ਦੱਸੋ, ਤੁਸੀਂ ਦੱਸੋ ਵੀ ਜਦੋਂ ਕਿਸੇ ਨੇ ਆਪਣਾ ਝੱਗਾ ਚੱਕੇ ਆਪਣਾ ਢਿੱਡ ਨੂੰਗਾ ਕਰਨ ਲਈ, ਉਹ ਕਿਹੜਾ ਟਾਈਮ ਹੈ ਉਹਦੇ ਲਈ ਵੀ ਉਹ ਕਰੇ? ਮੈਂ ਤੁਹਾਡੇ ਤੋਂ ਪੁੱਛਦੀ ਹਾਂ। ਚਲੋ ਮੈਨੂੰ ਤਾਂ ਤੁਸੀਂ ਕਹਿਤਾ ਇਲੈਕਸ਼ਨ ਹੈ, ਮੈਨੂੰ ਤੁਸੀਂ ਦੱਸੋ ਕਿਹੜਾ ਟਾਈਮ ਚੰਗਾ ਇੱਕ ਮਾਂ ਲਈ ਇੱਕ ਭੈਣ ਲਈ ਵੀ ਆਪਣਾ ਝੱਗਾ ਚੱਕ ਕੇ ਆਪਣਾ ਢਿੱਡ ਨੰਗਾ ਕਰੇ? ਮੈਨੂੰ ਪੁੱਛਣ ਦੀ ਬਜਾਏ ਤੁਸੀਂ ਜਵਾਬ ਦਿਓ ਮੈਨੂੰ ਰੱਬ ਨੂੰ ਹੁਣ, ਬਸ ਪਲੀਜ਼।